ਗੁਰਸਿੱਖ ਦੇ ਲੱਛਣ ਹੈ ਸਾਧ ਸੰਗਤ। ਹੁਣ ਤਾਂ ਕਿਸੇ ਨੂੰ ਪੁੱਛੀ ਮੈਂ ਗੁਰੂ ਦਾ ਸਿੱਖ ਹੈ, ਬਾਣਾ ਪਾ ਕੇ ਬਾਹਰੋਂ ਕਈ ਆਉਂਦੇ ਬਾਣਾ ਪਾ ਕੇ, ਕਹਿੰਦੇ ਅਸੀਂ ਗੁਰੂ ਦੇ ਸਿੱਖ ਹੈ। ਗੁਰੂ ਦੇ ਸਿੱਖ ਦੀ ਨਿਸ਼ਾਨੀ ਕੇਵਲ ਤੇ ਕੇਵਲ ਬਾਣਾ ਨਿਸ਼ਾਨੀ ਨਹੀਂ ਹੈ। ਗੁਰਮੁਖ ਦੇ ਚਾਰ ਅੱਖਰ ਨੇ, ਗੁਰਸਿੱਖ ਦੇ ਚਾਰ ਅੱਖਰ ਨੇ। ਮੈਂ ਗੁਰਸਿੱਖ ਦੇ ਅੱਖਰ ਤੁਹਾਨੂੰ ਦੱਸ ਦਿੰਦਾ, ਗੁਰਸਿੱਖ ਦੇ ਚਾਰ ਗੁਣ ਹੈ। ਜੇ ਉਹਦੇ ਵਿੱਚ ਗੁਣ ਹੈ ਤਾਂ ਗੁਰਸਿੱਖ ਕਹਾ ਲਵੇ, ਨਹੀਂ ਤਾਂ ਨਾ ਕਹਾਵੇ। ਗੱਗਾ ਹੈ ਗਰੀਬੀ, ਕਰ ਕਿਰਪਾ ਜਿਸ ਤੇ ਹਿਰਦੇ ਗਰੀਬੀ ਵਸਾਵੈ। ਨਾਨਕ ਇਹਾਂ ਮੁਕਤ ਆ ਗਏ ਸੁਖ ਪਾਵੈ, ਜਿਹਦੇ ਅੰਦਰ ਗਰੀਬੀ ਨਿਮਰਤਾ ਹੈ। ਜਿਹੜੀ ਅੰਦਰ ਨਿਮਰਤਾ ਹੈ ਨੀਵੇਂ, ਭਾਵੇਂ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪਣੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ। ਇੰਨਾ ਨੀਵਾਂ ਹੋ ਜਿਹੜਾ ਨੀਵਾਂ ਹੀ ਨਹੀਂ ਹੁੰਦਾ। ਹੰਸ ਨੇ ਜਦੋਂ ਮੋਤੀ ਚੁੱਕਣਾ, ਉਹ ਧਰਤੀ ਨੀਵਾਂ ਧੋਣ ਕਰਕੇ ਚੱਕਣੀ ਪਊਗੀ। ਜਿਹੜਾ ਸੰਤ ਨੂੰ ਨਿਭਿਆ ਹੀ ਨਹੀਂ, ਮਹਾਂਪੁਰਸ਼ ਨੂੰ ਨਿਭਿਆ ਹੀ ਨਹੀਂ, ਜਿਹੜਾ ਆਪਣੇ ਅਧਿਆਪਕ ਨੂੰ ਨਿਭਿਆ ਹੀ ਨਹੀਂ, ਉਹਨੇ ਵਿਦਿਆਰਥੀ ਨੇ ਕੀ ਪ੍ਰਾਪਤੀ ਕਰਨੀ ਹੈ? ਗੱਗਾ ਗਰੀਬੀ, ਰਾਰਾ ਰਹਿਮ, ਰਾਰਾ ਰਹਿਮ ਦਇਆ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਰਮਾਇਣ ਦਾ ਸ਼ਬਦ ਹੈ, ਤੁਲਸੀ ਦਇਆ ਨ ਛੱਡੀਏ ਜਵਲ ਘਟਮੈ ਪ੍ਰਾਣ। ਧੌਲ ਧਰਮ ਦਇਆ ਕਾ ਪੂਤ ਜਪਜੀ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ। ਦਇਆ ਤੋਂ ਧਰਮ ਸ਼ੁਰੂ ਹੁੰਦਾ। ਜਿਹਦੇ ਅੰਦਰ ਦਇਆ ਨਹੀਂ, ਜਿਹੜਾ ਕਹਿੰਦਾ ਝਟਕਾ ਖਾਓ, ਦਇਆ ਕਿੱਥੇ ਗਈ ਉਹਦੇ ਅੰਦਰ? ਦਇਆ ਤਾਂ ਹੈ ਹੀ ਨਹੀਂ ਹੈ। ਜਿਹੜੇ ਕਹਿੰਦੇ ਮਾਸ ਖਾਣਾ ਚਾਹੀਦਾ, ਧਰਮ ਦਇਆ ਤੋਂ ਸ਼ੁਰੂ ਹੋਇਆ। ਜੇ ਮਾਸ ਖਾਣਾ ਤੇ ਦਇਆ ਖਤਮ ਹੋ ਗਈ ਤੇ ਧਰਮ ਗਿਆ, ਫਿਰ ਉਹਦਾ ਕੋਈ ਧਰਮ ਨਹੀਂ ਹੈ। ਰਾਰਾ ਰਹਿਣ, ਸੱਸਾ ਸੱਸਾ ਸਿੱਖ, ਸੱਸਾ ਸੱਚ। ਜੇ ਗੁਰਸਿੱਖ ਸੱਚ ਨਾ ਬੋਲੇ, ਝੂਠ ਬੋਲੇ, ਸੱਚ ਤੇ ਖੱਖਾ ਖਵਣ, ਕਿਸੇ ਦੀ ਗੱਲ ਨੂੰ ਸਹਾਰਨਾ, ਕੌੜੇ ਬਚਨ ਨੂੰ ਸਹਾਰਨਾ। ਨਿਭਣ ਸਵੱਖਰ ਖਵਣ ਗੁਣ ਜੇ ਬਾਮਣੀਆਂ, ਮਨ ਇਹ ਤਰ੍ਹਾਂ ਭੈਣੇ ਬੇਸ ਕਰ ਤਾਂ ਬਸ ਆਵੀ ਕੰਤ। ਖਵਣ ਹੁੰਦਾ ਹੈ ਕਿਸੇ ਦੀ ਕੌੜਾ ਬਚਨ ਸਹਾਰਨਾ। ਖੋਦ ਖਾਦ ਧਰਤੀ ਸਹੇ, ਕਾਟ ਕੂਟ ਬਨ ਰਾਏ, ਬੋਲ ਕਬੋਲ ਸਾਧੂ ਸਹੇ, ਔਰ ਸਹਿਆ ਨਾ ਜਾਏ। ਇਹਨੂੰ ਕਹਿੰਦੇ ਗੁਰਸਿੱਖ।